पर जिहड़ा इह आजाद देश होया बहुत खून खराबा लैके आजाद होया उस गल की जिहड़ा नसूर है उस गल का ते जख्म जिहड़ा उस गल का साडियां टप्पण तों बाद भी भरिया नहीं जाना क्योंकि बहुत कतलोदारत होई सी इस दिन के उत्ते क्योंकि 22 जुलाई 1947 इंडिया ने 11 अगस्त 1947 पाकिस्तान ने अपो अपने झंडे जिहड़े कि अज लहराए जा रहे हैं क्योंकि पाकिस्तान 14 आपका आजादी दिहाड़ा मनाउंदा आपां 15 मनाउंदे लहराए अडॉप्ट कीते ते बड़े परिवार विछड़े बड़ियां हजारां ते लखां गिनती दे विच जानां कुर्बान होईआं इस आजादी नूं प्राप्त करने लई। बहुत दुख इस गल दा कि साडा देश जिहड़ा उह दो टुटे होए 1947 दे विच जिहड़ा कि कदे वी ना पूरा होण वाला घाटा होया, पर फिर भी इस सारे तूफान दे विचों आप सब नूं फिर वधाईआं दिंदे आं। ते अज जिथे वी पंजाब भर दे विच झंडा लहराउण दी असम पंजाब सरकार द्वारा की गई सी, चाहे मिनिस्टर साहिबान है चाहे मुख्यमंत्री साहिबान, क्योंकि स्टेट लेवल दा जिहड़ा अज ਉਹ ਫੰਕਸ਼ਨ ਸੀਗਾ ਲੁਧਿਆਣੇ ਦੇ ਵਿੱਚ ਸੀਗਾ, ਕਾਫੀ ਦਿਨਾਂ ਤੋਂ ਫੋਨ ਮੈਸੇਜ ਸੀਆਈਡੀ ਦੇ ਆ ਰਹੇ ਸੀਗੇ ਕਿ ਤੁਸੀਂ ਕੀ ਕਰਨਾ ਹੈ, ਕਿਉਂਕਿ ਆਲਰੇਡੀ ਜਥੇਬੰਦੀਆਂ ਦੇ ਕੁਝ ਇਹਨਾਂ ਸਮਾਰੋਹ ਕਹਿ ਲਓ ਜਾਂ ਕੋਈ ਜਿੱਥੇ ਵੀ ਗਵਰਨਮੈਂਟ ਦਾ ਕੋਈ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਐਕਸ਼ਨ ਅਲਾਉਣ ਹੁੰਦੇ ਹੈ, ਪਰ ਅਸੀਂ ਆਪਣੀ ਤਰਫੋਂ ਇਸ ਰਾਸ਼ਟਰੀ ਦਿਹਾੜੇ ਦੇ ਉੱਤੇ ਕੋਈ ਵੀ ਐਕਸ਼ਨ ਅਲਾਉਣ ਨਹੀਂ ਸੀ ਕੀਤਾ, ਨਾ ਹੀ ਸੰਘਰਸ਼ ਕਰਨਾ ਸੀਗਾ। ਕਈ ਕਹਿੰਦੇ ਸੀ ਵੀ ਅਸਤੀਫੇ, ਮੈਂ ਕਿਹਾ ਜੀ ਅਸਤੀਫੇ ਕੋਈ ਸਾਡੇ ਭਰਾ ਭੈਣ ਨਹੀਂ ਹੈਗੇ, ਉਹਨਾਂ ਨੂੰ ਕੋਈ ਤਕਲੀਫ ਹੋਣੀ ਹੈ ਤੁਸੀਂ ਉਹਨਾਂ ਨਾਲ ਲਿੰਕ ਕਰੋ, ਸਾਡਾ ਕੋਈ ਪ੍ਰੋਗਰਾਮ ਨਹੀਂ ਹੈ ਅਸਤੀਫੇ ਦਾ। ਕਈ ਕਾਲੇ ਝੰਡਿਆਂ ਦਾ ਜਾਂ ਕਈ ਕਹਿੰਦੇ ਸੀ ਅਸੀਂ ਉੱਥੋਂ ਸਟੇਜ ਦੇ ਉੱਤੇ ਭੰਗ ਕਰਾਂਗੇ, ਪਤਾ ਨਹੀਂ ਕੀ ਹੈ ਨਾ, ਪਰ ਪਤਾ ਸਾਡਾ ਕੱਚੇ ਦੇ ਆਪੂ ਜੀ ਨੇ ਪੰਜਾਬ ਦਾ ਕੋਈ ਵੀ ਨਹੀਂ ਸੀਗਾ। ਹਾਂ, ਇਸ ਗੱਲ ਨੂੰ ਲੈ ਕੇ ਮੀਟਿੰਗਾਂ ਜ਼ਰੂਰ ਹੋਈਆਂ। ਕੱਲ੍ਹ ਕੁਲਦੀਪ ਸਿੰਘ ਧਾਰੀਵਾਲ ਜੀ ਨਾਲ ਗੁਰਦਾਸਪੁਰ ਦੇ ਵਿੱਚ, ਅਨੁਭਵ ਗੁਪਤਾ ਜੀ ਔਰ ਸ਼੍ਰੀ ਸਿੰਘ ਬਾਜਵਾ ਜੀ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ। ਉਸ ਤੋਂ ਇਲਾਵਾ ਇੱਕ ਨਿੱਜਰ ਸਾਹਿਬ ਨਾਲ ਮੀਟਿੰਗ ਹੈ ਜਿਹੜੀ ਆਪਣੇ ਜ਼ਿਲ੍ਹਾ ਪ੍ਰਧਾਨ ਜਿਹੜੇ ਜਲੰਧਰ ਦੇ ਉਹ ਸ਼੍ਰੀ ਸੰਧੀ ਵੀ ਕਰਕੇ ਨਾਲ ਸਾਥੀ ਸੀਗੇ। ਨਿੱਜਰ ਸਾਹਿਬ ਨੇ ਵੀ ਆਪਣੇ ਕੱਚੇ ਅਧਿਆਪਕਾਂ ਦੇ ਹੱਕ ਦੇ ਵਿੱਚ ਅਤੇ ਧਾਰੀਵਾਲ ਸਾਹਿਬ ਨੇ ਵੀ ਆਪਣੇ ਹੱਕ ਦੇ ਵਿੱਚ ਉਹੀ ਗੱਲ ਕਹੀ ਜੋ ਅੱਜ ਜਗਤਾਰ ਸਿੰਘ ਜੀ ਅਤੇ ਤੀਰਥ ਭਾਜੀ ਦੀ ਟੀਮ ਨੂੰ ਹੁਸ਼ਿਆਰਪੁਰ ਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਨੇ ਕਹੀ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਜਾ ਰਹੇ ਹਾਂ ਬਹੁਤ ਜਲਦ, ਭਾਵੇਂ ਕਿ ਇਹਨਾਂ ਨੇ ਆਪਾਂ ਨੂੰ ਪਹਿਲਾਂ 15 ਅਗਸਤ ਨੂੰ ਕਿਹਾ ਸੀਗਾ, ਪਰ ਉਹ ਪ੍ਰੋਸੈਸ ਇੱਦਾਂ ਦਾ ਸੀਗਾ ਵੀ ਪਹਿਲਾਂ ਇਹ ਬਿੱਲ 3 ਵਾਰੀ ਆਇਆ, 3 ਵਾਰੀ ਟੈਕਨੀਕਲ ਪ੍ਰੋਬਲਮ ਕਰਕੇ ਹੋ ਗਿਆ। ਹੁਣ ਉਸ ਟੈਕਨੀਕਲ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਪੰਜਾਬ ਗਵਰਨਮੈਂਟ ਨੂੰ ਟਾਈਮ ਲੱਗ ਰਿਹਾ ਹੈ। ਸੋ ਸਹੀ ਰਾਏ ਮੰਨਦੇ ਆ ਕਿ ਵੀ ਪੰਜਾਬ ਗਵਰਨਮੈਂਟ ਲੱਗੀ ਹੋਈ ਹੈ ਇਸ ਕੰਮ ਲਈ, ਅਗਰ ਉਹ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਐਸ ਸੂਨ ਐਸ ਪੋਸੀਬਲ, ਅਸੀਂ ਉਮੀਦ ਕਰਦੇ ਹਾਂ ਕਿ ਕੱਚੇ ਅਧਿਆਪਕਾਂ ਦੇ ਔਰ ਕੱਚੇ ਕਰਮਚਾਰੀਆਂ ਦੇ ਜੋ ਪਿਛਲੇ ਅਰਮਾਨ ਟੁੱਟੇ ਹੋਏ ਆ ਉਹ ਵਾਪਸ ਹੋਣ ਅਤੇ ਇਹ ਬਹੁਤ ਜਲਦੀ ਬਿੱਲ ਆਵੇ, ਕਿਉਂਕਿ ਅੱਜ ਵੀ ਸਿੱਖਿਆ ਮੰਤਰੀ ਸਾਹਿਬ ਨੇ ਸ਼ੋਰਟੀ ਕੀਤੀ, ਹੋਰ ਵੀ ਜਥੇਬੰਦੀਆਂ ਸੀਗੀਆਂ। ਬੜੇ ਮਾਣ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ ਕਿ ਯਾਰ ਤੁਹਾਡਾ ਕੰਮ ਵੀ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਕੱਚੇ ਅਧਿਆਪਕਾਂ ਨੂੰ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਲਈ ਬਿੱਲ ਉੱਤੇ ਕੰਮ ਕਰ ਰਹੇ ਹਾਂ, ਜਿਹਦਾ ਕਿ ਇਕੱਲੇ ਅਸੀਂ 50% ਕੰਮ ਕਰੀ ਬੈਠੇ ਹਾਂ ਅਤੇ 50% ਰਹਿੰਦਾ। ਬਹੁਤ ਜਲਦੀ ਕਹਿੰਦੇ ਵੀ ਉਹ ਖਬਰ ਅਸੀਂ ਕੱਚੇ ਕਰਮਚਾਰੀਆਂ ਨੂੰ ਦੇ ਰਹੇ ਹਾਂ। ਸੋ ਫਿਰ ਵੀ ਮੈਂ ਕੱਚੇ ਅਧਿਆਪਕਾਂ ਨੂੰ ਬੇਨਤੀ ਕਰਦਾ, ਉਹਨਾਂ ਦੇ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਗਵਰਨਮੈਂਟ ਭਾਵੇਂ ਦੀ ਇਹ ਸਾਨੂੰ ਸੱਚ ਬੋਲਦੀ ਹੋਵੇ ਭਾਵੇਂ ਦੀ ਝੂਠ ਬੋਲਦੀ ਹੋਵੇ, ਪਰ ਤੁਸੀਂ 5 ਸਤੰਬਰ ਦੇ ਕਰੀਬ ਆਪਦੀ ਤਿਆਰੀ ਰੱਖਣੀ ਹੈ, ਸੰਘਰਸ਼ ਵੱਡੇ ਪੱਧਰ ਦੇ ਉੱਤੇ ਕੀਤਾ ਜਾਊਗਾ, ਕਿਉਂਕਿ ਹੁਣ ਇਸ ਸਮੇਂ ਦੌਰਾਨ ਕਾਫੀ ਖੇਤ ਦੇ ਕੰਮਾਂ ਦੇ ਵਿੱਚ ਤੇ ਉੱਧਰ ਬਿਜ਼ੀ ਸੀਗੇ, ਤਾਂ ਮੇਰੀ ਥੋੜ੍ਹੀ ਗੈਰਹਾਜ਼ਰੀ ਮਹਿਸੂਸ ਕਰ ਰਹੇ ਹੋਵੋਗੇ। ਮੇਰੀ ਟੀਮ ਹੈ ਜਿਹੜੀ ਆਪਣੀ ਪੂਰੀ ਤਾਕਤ ਹੈ, ਮਨਦੀਪ ਰਾਜ ਜੀ ਹੋਰੀ, ਕੁਲਦੀਪ ਬਡੂਆ ਜੀ, ਜੁਗਾਰ ਸਿੰਘ ਜੀ, ਗੁਰਦੀਪ ਸਿੰਘ ਜੀ, ਮੈਂ ਕਹਿੰਦਾ ਅਨੁਭਵ ਗੁਪਤਾ ਜੀ, ਸੰਦੀਪ ਸਿੰਘ ਬਾਲਾਚੱਕ, ਮਿਰਜ਼ਾ ਜੀ, ਸਭ ਵਧੀਆ ਕੰਮਾਂ ਦੇ ਉੱਤੇ ਲੱਗੇ ਹੋਏ ਹੈ, ਕੰਮ ਨੂੰ ਸਿਰੇ ਲਾਉਣ ਦੇ ਲਈ ਪੱਬਾ ਭਾਰਾਂ ਬਹੁਤ